ਤੇ ਅੱਜ ਆਪਾਂ ਫੈਟਾਂ ਸਾਂਭ ਕੇ ਰੱਖੀ ਹੋਈਆਂ ਨੇ, ਕੱਪੜੇ ਵੀ ਨਹੀਂ ਫਸਦੇ ਵਿੱਚ। ਜਿਹੜੀ ਇੱਥੇ ਚੜੀ ਹੁੰਦੀ ਨਾ ਉਹ ਵੀ ਚਰਬੀ ਹੁੰਦੀ ਹੈ, ਜਦੋਂ ਤੁਸੀਂ ਵਰਤ ਰੱਖਦੇ ਹੋ ਤੁਹਾਡੀ ਚਰਬੀ ਉਹ ਮੈਲਟ ਹੁੰਦੀ ਹੈ। ਮੈਂ ਮੈਡੀਕਲ ਦੇ ਡਾਕਟਰ ਦੇ ਹਿਸਾਬ ਨਾਲ ਕਹਿਣਾ ਪਿਆ, ਧਿਆਨ ਨਾਲ ਸਿੱਖ ਲਓ, ਜਦੋਂ ਤੁਸੀਂ ਖਾਣਾ ਨਹੀਂ ਖਾਂਦੇ ਤੁਹਾਡੀ ਫੈਟ ਚਰਬੀ ਜਿਹੜੀ ਹੈ ਉਹ ਮੈਲਟ ਹੁੰਦੀ ਹੈ। ਜਦੋਂ ਉਹ ਮੈਲਟ ਹੁੰਦੀ ਹੈ ਬਲੀਵ ਕਰੋ ਉਹ ਪ੍ਰਭੂ ਦੇ ਲਈ ਬਲੀਦਾਨ ਹੋਏਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਪ੍ਰਭੂ ਦੇ ਵਚਨ ਦੇ ਵਿੱਚੋਂ ਇੱਕ ਵਚਨ ਪੜਾਂਗੇ, ਫਿਰ ਉਸ ਤੋਂ ਬਾਅਦ ਅਸੀਂ ਆਰਾਧਨਾ ਦੇ ਵਿੱਚ ਹੋਵਾਂਗੇ। ਰੋਮੀਆਂ ਦੀ ਪੱਤਰੀ ਉਸਦਾ 12 ਅਧਿਆਏ ਉਸਦੀ 1 ਆਇਤ ਤੋਂ ਪੜਾਂਗੇ। ਜਿਨ੍ਹਾਂ ਦੇ ਕੋਲ ਪਵਿੱਤਰ ਵਚਨ ਹੈ ਪਲੀਜ਼ ਤੁਸੀਂ ਆਪਣੇ ਕੋਲ ਇਸ ਵਚਨ ਨੂੰ ਖੋਲੋ। ਰੋਮੀਆਂ ਦੀ ਪੱਤਰੀ ਉਸਦਾ 12 ਅਧਿਆਏ ਉਸਦੀ 1 ਆਇਤ ਤੋਂ ਪੜਾਂਗੇ ਆਪਾਂ ਵਚਨ ਜਲਦੀ ਦੇ ਨਾਲ। ਸੋ ਹੇ ਭਰਾਵੋ, ਮੈਂ ਪ੍ਰਭੂ ਦਾ ਵਚਨ ਅੱਜ ਸਾਨੂੰ ਸਿਖਾਉਣਾ ਚਾਹੁੰਦਾ ਆ, ਪ੍ਰਭੂ ਸਾਨੂੰ ਅੱਜ ਕਹਿਣਾ ਚਾਹੁੰਦਾ ਆ ਵਚਨ ਦੇ ਦੁਆਰਾ ਲਿਖਿਆ ਆ। ਸੋ ਹੈ ਭਰਾਵੋ, ਅੱਗੇ ਪੜ੍ਹੀਏ, ਮੈਂ ਪਰਮੇਸ਼ਵਰ ਦੀਆਂ ਰਹਿਮਤਾਂ ਦੀ ਖਾਤਰ, ਪ੍ਰਭੂ ਦਾ ਜਨ ਕਹਿੰਦਾ ਆ, ਮੈਂ ਪਰਮੇਸ਼ਵਰ ਦੀਆਂ ਰਹਿਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ। ਪ੍ਰਭੂ ਦਾ ਵਚਨ, ਪ੍ਰਭੂ ਦਾ ਜਨ ਕਹਿੰਦਾ ਆ, ਮੈਂ ਤੁਹਾਡੇ ਅੱਗੇ, ਉੱਚੀ ਆਵਾਜ਼ ਦੇ ਵਿੱਚ ਬੋਲੀਏ, ਉੱਚੀ ਆਵਾਜ਼ ਨਾਲ ਬੋਲੋ, ਬੇਨਤੀ ਕਰਦਾ ਹਾਂ ਭਾਈ ਤੁਸੀਂ ਆਪਣੀਆਂ ਦੇਹੀਆਂ ਨੂੰ ਜਿਉਂਦੇ ਨਾਲ ਸੁਣੋ, ਮੇਰੇ ਨਾਲ ਬੋਲੀਏ, ਆਪਣੀਆਂ ਦੇਹੀਆਂ ਨੂੰ, ਉੱਚੀ ਆਵਾਜ਼ ਨਾਲ ਬੋਲੋ, ਆਪਣੀਆਂ ਦੇਹੀਆਂ ਨੂੰ, ਸਿੰਪਲ ਸ਼ਬਦਾਂ ਦੇ ਵਿੱਚ ਆਪਣੇ ਸਰੀਰਾਂ ਨੂੰ, ਕੋਈ ਸਮਝ ਰਿਹਾ, ਉੱਚੀ ਆਵਾਜ਼ ਦੇ ਵਿੱਚ ਬੋਲੀਏ, ਆਮੇਨ ਬੋਲੀਏ, ਆਪਣੀਆਂ ਸਰੀਰਾਂ ਨੂੰ, ਬੋਲੋ ਆਪਣੇ ਸਰੀਰਾਂ ਨੂੰ, ਅੱਗੇ ਪੜ੍ਹੀਏ, ਜਿਉਂਦਾ ਅਤੇ ਪਵਿੱਤਰ, ਜਿਉਂਦਾ ਅਤੇ ਪਵਿੱਤਰ, ਮੇਰੇ ਨਾਲ ਬੋਲੋ, ਜਿਉਂਦਾ ਅਤੇ ਪਵਿੱਤਰ, ਅੱਗੇ, ਅਤੇ ਪਰਮੇਸ਼ਵਰ ਨੂੰ ਭਾਉਂਦਾ, ਪਰਮੇਸ਼ਵਰ ਨੂੰ ਭਾਉਂਦਾ, ਬਲੀਦਾਨ ਕਰਕੇ ਚੜਾਵੋ, ਉੱਚੀ ਆਵਾਜ਼ ਨਾਲ ਬੋਲੀਏ, ਬਲੀਦਾਨ ਕਰਕੇ ਚੜਾਵੋ, ਅੱਗੇ ਪੜ੍ਹੀਏ, ਇਹ ਤੁਹਾਡੀ ਰੂਹਾਨੀ ਬੰਦਗੀ ਹੈ, ਇਹ ਤੁਹਾਡੀ, ਉੱਚੀ ਬੋਲੀਏ, ਰੂਹਾਨੀ ਬੰਦੀ, ਆਮੀਨ, ਪਿੱਛੇ ਵਾਅਦੇ ਵਿੱਚ ਬੋਲੀਏ ਆਮੀਨ। ਪਰਮੇਸ਼ਵਰ ਸਾਨੂੰ ਘਰਾਂ ਦੇ ਵਿੱਚ ਕਿਉਂ ਨਹੀਂ ਬਲੈਸ ਕਰ ਸਕਦਾ? ਪਰਮੇਸ਼ਵਰ ਕਿਉਂ ਚਾਹੁੰਦਾ ਅਸੀਂ ਐਤਵਾਰ ਆਈਏ? ਪਰਮੇਸ਼ਵਰ ਕਿਉਂ ਚਾਹੁੰਦਾ ਹੈ ਅਸੀਂ ਮੇ ਵੀ ਇੰਨੀ ਗਰਮੀ ਦੇ ਵਿੱਚ ਬੈਠ ਕੇ ਬੰਦਗੀ ਕਰੀਏ? ਪਰਮੇਸ਼ਵਰ ਕਿਉਂ ਚਾਹੁੰਦਾ ਹੈ ਅਸੀਂ ਵਰਤ ਰੱਖੀਏ? ਪਰਮੇਸ਼ਵਰ ਕਿਉਂ ਚਾਹੁੰਦਾ ਹੈ ਅਸੀਂ ਆਪਣੇ ਹੱਥਾਂ ਨੂੰ ਉਠਾ ਕੇ ਉਸਦੀ ਆਰਾਧਨਾ ਕਰੀਏ? ਸਿੱਖ ਰਿਹਾ, ਇੱਕ ਹੈਗਾ ਆ, ਜਿਸ ਤਰ੍ਹਾਂ ਤੁਸੀਂ ਪਿਛਲੇ ਐਤਵਾਰ ਸਤਸੰਗ ਦੇ ਵਿੱਚ ਆਏ ਸੀ ਕਈ, ਔਰ ਤੁਸੀਂ ਆਪਣੇ ਬਲੋਂਗਿੰਗ ਜਿਹੜੀਆਂ ਤੁਹਾਡੇ ਨਾਲ ਚੀਜ਼ਾਂ ਸੀ ਉਹਨਾਂ ਨੂੰ ਤੁਸੀਂ ਪ੍ਰਭੂ ਦੇ ਲਈ ਬਲੀਦਾਨ ਕੀਤਾ, ਸਾਰੇ ਸਮਝ ਰਹੇ ਹੋ, ਉਹ ਸਾਡੀ ਚੀਜ਼ ਦਾ ਬਲੀਦਾਨ ਹੈ, ਮੈਂ ਵੀ ਕੜੀ ਦਾ, ਮੈਂ ਵੀ ਸੋਨੇ ਦਾ, ਮੈਂ ਵੀ ਚਾਂਦੀ ਦਾ, ਮੈਂ ਵੀ ਕੱਪੜੇ ਦਾ, ਕੋਈ ਸਿੱਖ ਰਿਹਾ, ਇੱਕ ਬਲੀਦਾਨ ਹੈ ਸਾਡੀ ਦੇਹੀ ਦਾ, ਸਾਡੇ ਸਰੀਰ ਦਾ, ਉੱਚੀ ਆਵਾਜ਼ ਦੇ ਵਿੱਚ ਬੋਲੀਏ ਆਮੇਨ। ਕੋਈ ਸਿੱਖ ਰਿਹਾ ਕਿ ਨਹੀਂ ਸਿੱਖ ਰਿਹਾ? ਇਸ ਦੇ ਨਾਲ ਅਸੀਂ ਆਪਣੀ ਬੋਡੀ ਦਾ, ਆਪਣੀ ਦੇਹੀ ਦਾ, ਆਪਣੇ ਸਰੀਰਾਂ ਦਾ ਵੀ ਬਲੀਦਾਨ ਪ੍ਰਭੂ ਨੂੰ ਚੜਾਉਣਾ ਹੈ, ਜਿਹੜਾ ਜਿਉਂਦਾ ਹੈ। ਇਹ ਸਾਡੀ ਬੋਡੀ ਮਰੀ ਹੋਈ ਨਹੀਂ, ਕੋਈ ਡੈਡ ਪਰਸਨ, ਮਰਿਆ ਹੋਇਆ ਪਰਸਨ ਹਾਲੇਲੂਆ ਕਹਿ ਸਕਦਾ ਹੈ? ਹਾਂ, ਕਦੇ ਤੁਸੀਂ ਮੁਰਦਿਆਂ ਨੂੰ ਦੇਖਿਆ ਕਿ ਇਕੱਠੇ ਹੋ ਕੇ ਬੰਦਗੀ ਕਰ ਰਹੇ ਹੋਣਗੇ? ਬੋਲੋ ਨਹੀਂ। ਪਰਮੇਸ਼ਵਰ ਚਾਹੁੰਦਾ ਅਸੀਂ ਆਪਣੇ ਸਰੀਰਾਂ ਦਾ, ਜਿਹੜਾ ਜੀਵਤ ਹੈ, ਜਿਹੜਾ ਜਿਉਂਦਾ ਆ, ਉਹਦਾ ਬਲੀਦਾਨ ਪ੍ਰਭੂ ਨੂੰ ਚੜਾਈਏ। ਜੇ ਸਮਝ ਆ ਰਹੀ ਬੋਲੋ ਆਮੀਨ, ਆਮੀਨ। ਸਰੀਰਾਂ ਦਾ ਬਲੀਦਾਨ, ਸਰੀਰਾਂ ਦਾ ਬਲੀਦਾਨ ਕੀ ਹੈ? ਸਰੀਰ ਕਹੇਗਾ ਕੋਈ ਨਹੀਂ 12 ਵਜੇ ਚਲਾ ਜੀ, ਪਰ ਤੁਸੀਂ ਆਪਣੇ ਆਪ ਨੂੰ ਫੋਰਸ ਕਰ ਰਹੇ ਹੋ, ਮਜਬੂਰ ਕਰ ਰਹੇ ਹੋ ਕਿ ਨਹੀਂ, ਮੈਂ ਪਹਿਲਾਂ ਜਾ ਕੇ ਆਰਾਧਨਾ ਕਰਨੀ ਹੈ, ਮੈਂ ਪਹਿਲਾਂ ਜਾ ਕੇ ਪ੍ਰਾਰਥਨਾ ਕਰਨੀ। ਸਿਰ ਲਓ, ਮੈਨੂੰ ਪਤਾ ਹੈ ਜੇ ਮੈਂ ਇੱਕ ਇੱਕ ਨੂੰ ਪੁੱਛਿਆ ਕਿੰਨੇ ਵਜੇ ਆਏ ਨੇ, ਸਾਰੇ ਮੇਰੀ ਵੇਟ ਕਰਦੇ ਰਹਿੰਦੇ, ਸਾਰੇ ਸਮਝ ਰਹੇ ਹੋ, ਕਿਸੇ ਨੂੰ ਸਮਝ ਆ ਰਹੀ ਕਿ ਨਹੀਂ ਆ ਰਹੀ ਕਿ ਉਹਨਾਂ 12 ਵਜੇ ਆਉਣਾ, ਉਹਨਾਂ 11:30 ਆਉਣਾ, ਉਹਨਾਂ 12:15 ਆਉਣਾ, ਫਿਰ ਅਸੀਂ ਚੱਲਾਂਗੇ। ਤੁਹਾਨੂੰ ਨਹੀਂ ਪਤਾ
ਆਲਰੇਡੀ ਐਂਜਲ ਇਸ ਜਗ੍ਹਾ ਤੇ ਆ ਕੇ ਪਹੁੰਚੇ ਹੁੰਦੇ ਨੇ, ਉਹ ਵੇਟ ਕਰ ਰਹੇ ਹੁੰਦੇ ਨੇ ਕਿ ਪ੍ਰਭੂ ਦੇ ਲੋਕ ਆਣ, ਅਸੀਂ ਉਹਨਾਂ ਨੂੰ ਬਲੈਸ ਕਰੀਏ। ਸਿੱਖ ਰਿਹਾ ਕਿ ਨਹੀਂ ਸਿੱਖ ਰਿਹਾ? ਸਰੀਰ ਦਾ ਬਲੀਦਾਨ ਹੈ। ਕਹਿੰਦਾ ਬਲੀਦਾਨ ਸਰੀਰ ਦਾ, ਆ ਮੈਂ ਤੁਹਾਡੇ ਕਰਕੇ ਚਾਨਣੀ ਲਵਾਉਣਾ ਵਾਂ, ਨਹੀਂ ਤਾਂ ਮੈਂ ਧੁੱਪੇ ਵੀ ਬੰਦਗੀ ਕਰਨ ਦੇ ਲਈ ਤਿਆਰ ਵਾਂ। ਤੁਹਾਨੂੰ ਪਤਾ ਹੈ ਇੱਕ ਦਿਨ ਆਪਾਂ ਇੱਧਰ ਜਦੋਂ ਆ ਫਸਲ ਕੱਟੀ ਹੋਈ ਸੀ, ਧੁੱਪੇ ਜਾ ਕੇ ਬੰਦਗੀ ਕੀਤੀ ਸੀ, ਯਾਦ ਹੈ ਕਿਸੇ ਨੂੰ? ਕਿੰਨੇ ਜਣੇ ਨੂੰ ਯਾਦ ਹੈ? ਸੁਣੋ ਧਿਆਨ ਦੇ ਨਾਲ, ਸੁਣੋ ਸੁਣੋ। ਤੁਹਾਨੂੰ ਪਤਾ ਹੈ ਜਿਹੜੇ ਦੁਸ਼ਟ ਲੋਕ ਨੇ, ਦੁਸ਼ਟ ਲੋਕ ਜਿਹਨਾਂ ਨੂੰ ਤੁਸੀਂ ਸਿਆਣੇ ਕਹਿੰਦੇ ਹੋ ਤੇ ਮੈਂ ਕਮਲੇ ਕਹਿੰਦਾ ਵਾਂ, ਤੁਹਾਨੂੰ ਪਤਾ ਆ ਉਹ ਆਪਣੇ ਸਰੀਰਾਂ ਦਾ ਬਲੀਦਾਨ ਚੜਾਉਂਦੇ ਨੇ। ਹੈਲੋ, ਕਿਸੇ ਨੂੰ ਪਤਾ ਹੈ ਕਿ ਨਹੀਂ? ਆਪਣੇ ਸਰੀਰਾਂ ਦਾ ਕੀ ਚੜਾਉਂਦੇ ਨੇ? ਬਲੀਦਾਨ, ਧੂਣੀ ਲਾ ਲੈਂਦੇ ਨੇ, ਅੱਗ ਲਾ ਲੈਂਦੇ ਨੇ, ਉਹਦੇ ਕੋਲ ਬੈਠੇ ਜਾਂਦੇ ਨੇ, ਸਮਾਧੀ ਲਾ ਕੇ। ਕਿਉਂ? ਆਪਣੇ ਸਰੀਰ ਦਾ ਬਲੀਦਾਨ ਕਰ ਰਹੇ ਨੇ। ਉਹ ਇੱਕ ਮੁਰਦੀ ਸਪਿਰਿਟ ਨੂੰ, ਜਿਹੜੀ ਮਰੀ ਹੋਈ ਆਤਮਾ ਹੈ, ਉਹਨਾਂ ਨੂੰ ਖੁਸ਼ ਕਰਨ ਦੇ ਲਈ, ਉਹਨਾਂ ਨੂੰ ਪ੍ਰਸੰਨ ਕਰਨ ਦੇ ਲਈ ਉਹ ਆਪਣੇ ਸਰੀਰ ਦਾ ਬਲੀਦਾਨ ਕਰਦੇ ਆ। ਬੋਲੋ ਯੈਸ ਔਰ ਨੋ। ਮੈਂ ਇੱਕ ਦਿਨ ਜਾਦੂਗਰ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਕਿਵੇਂ ਕਰਦੇ ਹੋ ਭਗਤੀ? ਕਹਿੰਦਾ ਅਸੀਂ ਇੱਕ ਜਿਹੜੀ ਕੀ ਕਹਿੰਦੇ ਰਬੜ ਲੈ ਕੇ ਨਾ, ਮੇ ਬੀ ਟਾਇਰ ਸਾਈਕਲ, ਮੇ ਬੀ ਕੀ ਕਹਿ ਲਓ ਉਹਨੂੰ, ਕੀ ਕਹਿੰਦੇ ਨੇ ਟਿਊਬ, ਉਹਨੂੰ ਅੱਗ ਲਗਾ ਕੇ ਜਿਹੜੇ ਉਸਦੇ ਚੋਏ ਹੁੰਦੇ ਆ ਨਾ, ਕੀ ਕਹਿੰਦੇ ਨੇ ਉਹਨੂੰ, ਰਬੜ ਦੇ। ਕਹਿੰਦਾ ਉਹ ਅਸੀਂ ਆਪਣੇ ਸਰੀਰਾਂ ਦੇ ਉੱਪਰ ਪਾਉਣੇ, ਰਬੜ ਦੀਆਂ ਬੂੰਦਾਂ ਆਪਣੇ ਸਰੀਰਾਂ ਤੇ ਪਾਉਣੇ। ਕੋਈ ਸਮਝ ਰਿਹਾ? ਕਾਹਦੇ ਲਈ? ਦੁਸ਼ਟ ਆਤਮਾ ਦੇ ਲਈ, ਭੂਤਾਂ ਨੂੰ ਖੁਸ਼ ਕਰਨ ਦੇ ਲਈ। ਸਾਡੇ ਨਾਲ ਵੱਧ ਬਲੀਦਾਨ ਉਹ ਕਰਦੇ ਆ, ਆਪਣਾ ਬਲੀਦਾਨ ਕੁਛ ਨਹੀਂ। ਇੱਕ ਦਿਨ ਦਾ ਵਰਤ ਹੁੰਦਾ ਹੈ, ਵਿੱਚ ਸੱਤ ਦਿਨ ਸੱਤ ਵਾਰੀ ਚਾਹ ਪੀ ਲੈਣਗੇ। ਧਿਆਨ ਦੇ ਨਾਲ ਸਿੱਖ ਲਓ, ਜਿਹੜਾ ਪਰਸਨ ਬੈਸਟ ਬਲੀਦਾਨ ਕਰਨ ਵਾਲਾ ਹੈ, ਉਹਦੀ ਆਸ਼ੀਸ਼ ਵੀ ਬੈਸਟ ਹੋਵੇਗੀ। ਯਿਸੂ ਮਸੀਹ ਦੇ ਨਾਮ ਦੇ ਵਿੱਚ ਬਾਅਦ ਵਿੱਚ ਬੋਲੀਏ ਆਮੇਨ। ਕਿਹੜਾ ਬਲੀਦਾਨ? ਬੈਸਟ ਬਲੀਦਾਨ। ਪਿਛਲੀ ਵਾਰੀ ਕੋਈ ਘੜੀ ਬਲੀਦਾਨ ਕਰ ਰਿਹਾ ਸੀ, ਕੋਈ ਕੁਛ ਕਰ ਰਿਹਾ ਸੀ, ਕੋਈ ਕੁਛ ਕਰ ਰਿਹਾ ਸੀ, ਕੋਈ ਕੁਛ ਕਰ ਰਿਹਾ ਸੀ। ਹਾਂ, ਮੈਂ ਵੀ ਕਈਆਂ ਨੂੰ ਲੱਗਾ ਹੋਣਾ ਕਿ ਅਸੀਂ ਬੜੀ ਵੱਡੀ ਗਲਤੀ ਕੀਤੀ ਹੈ ਪਿਛਲੇ ਐਤਵਾਰ। ਯੈਸ ਔਰ ਨੋ? ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾਂ, ਇੱਕ ਬਲੀਦਾਨ ਉਹ ਹੈ ਜਿਹੜਾ ਪਰਮੇਸ਼ੁਰ ਸਾਡੇ ਸਰੀਰਾਂ ਤੋਂ ਮੰਗਦਾ ਹੈ। ਅਗਲੇ ਐਤਵਾਰ ਕਿੰਨੇ ਜਣੇ ਸਾਡੇ ਬਾਰ ਆਣਗੇ? ਕੋਈ ਨਹੀਂ ਆਏਗਾ। ਪਰਮੇਸ਼ੁਰ ਤੁਹਾਡੇ ਸਰੀਰਾਂ ਦਾ ਬਲੀਦਾਨ ਚਾਹੁੰਦਾ ਹੈ। ਬੋਲੀਏ, ਪਰਮੇਸ਼ੁਰ ਮੇਰੇ ਸਰੀਰ ਦਾ ਬਲੀਦਾਨ ਚਾਹੁੰਦਾ। ਉੱਚੀ ਉੱਚੀ ਵਨ ਬੋਲੀਏ, ਚਾਹੁੰਦਾ ਕਿ ਨਹੀਂ ਚਾਹੁੰਦਾ? ਕਿਹੜੇ ਤਰੀਕੇ ਨੇ ਸਰੀਰ ਦਾ ਬਲੀਦਾਨ ਕਰਨ ਦੇ ਲਈ? ਕਿਹੜਾ ਤਰੀਕਾ ਹੈ ਸਰੀਰ ਦਾ ਬਲੀਦਾਨ ਕਰਨ ਦੇ? ਜਾਦੂਗਰ ਤਾਂ ਆਪਣੇ ਸਰੀਰ ਦੇ ਉੱਪਰ ਪਾ ਲੈਂਦੇ ਨੇ ਰਬੜ ਦੇ ਬੂੰਦਾਂ ਪਾ ਲੈਂਦੇ ਨੇ ਅੱਗ ਨੂੰ ਬਾਲ ਕੇ, ਔਰ ਦੱਸ ਰਿਹਾ ਸੀ, ਕਹਿੰਦਾ ਸੀ ਆਪਣੇ ਜੀਭ ਦੇ ਉੱਪਰ ਪਲੇਟ ਦੇ ਨਾਲ ਕੱਟ ਲਗਾਉਣੇ ਆ, ਲਹੂ ਨਿਕਲਦਾ ਆ, ਸਰੀਰ ਦਾ ਬਲੀਦਾਨ। ਔਰ ਸਾਡੇ ਵਾਲੇ ਉੱਚੀ ਬੋਲੀਏ ਫੈਟ, ਉੱਚੀ ਉੱਚੀ ਬੋਲੋ ਫੈਟ, ਉੱਚੀ ਵੰਨ ਬੋਲੋ ਫੈਟ, ਉੱਚੀ ਵੰਨ ਬੋਲੋ ਫੈਟ। ਫੈਟ ਕੀ ਹੈ ਪੰਜਾਬੀ 'ਚ ਕੀ ਕਹਿੰਦੇ ਨੇ? ਹਾਂ, ਮੋਟਾਪੇ ਤੋਂ ਇੱਕ ਵਿਚਲਾ ਵਰਡ ਹੈਗਾ ਚਰਬੀ। ਵਿਚਲਾ ਵਰਡ ਕੀ ਹੈ? ਚਰਬੀ। ਕੋਈ ਸਮਝ ਰਿਹਾ? ਜਦੋਂ ਤੁਸੀਂ ਬਾਈਬਲ ਨੂੰ ਪੜ੍ਹਦੇ ਹੋ, ਵਚਨ ਦੇ ਵਿੱਚ ਪੜ੍ਹਦੇ ਹੋ, ਵਚਨ ਦੇ ਵਿੱਚ ਜਿਹੜੇ ਪੁਰਾਣੇ ਸਮੇਂ ਦੇ ਲੋਕ ਸੀ ਉਹ ਚਰਬੀ ਬਲੀਦਾਨ ਕਰਦੇ ਸੀ। ਦੈਟ ਮੀਨਸ ਕਿ ਪਸ਼ੂ ਦਾ ਬਲੀਦਾਨ ਕਰਦੇ ਸੀ, ਪਸ਼ੂ ਦਾ ਕੀ ਕਰਦੇ ਸੀ? ਬਲੀਦਾਨ ਕਰਦੇ ਸੀ। ਉਹਦੀ ਫੈਟ ਸੀ ਜਿਹੜੀ, ਚਰਬੀ ਸੀ, ਉਹ ਬਲੀਦਾਨ ਕਰਦੇ ਸੀ। ਸਿਰ ਲਾਓ, ਸਿਰ ਲਾਓ ਜਲਦੀ ਨਾਲ, ਤੇ ਅੱਜ ਆਪਾਂ ਫੈਟਾਂ ਸਾਂਭ ਕੇ ਰੱਖੀਆਂ ਹੋਈਆਂ ਨੇ,
कपड़े भी नहीं फसते बिच। जी इत चढ़ी होंगी ना वो चर्बी होंगी है, जो तुसी वर्त रखते हो ताड़ी चर्बी वो मेल्ट होंगी है। मैं मेडिकल दे डॉक्टर दे हिसाब नाल कहना पिया, ध्यान नाल सिख लो, जो तुसी खाना नहीं खाते ताड़ी फैट चर्बी जी वो मेल्ट होंगी, जो तो वो मेल्ट होंगी है बिलीव करो वो प्रभु दे लई बलिदान होएगा यीशु मसीह दे नाम दे विच। शुरुआत विच बोलो आमीन। कल एक भाई मैं मेरे तो बहुत तरस है, कहिंदा फादर साहब तुसी वर्त रखने बंद करो बहुत कमजोर लग रहे जी। मैं कहा नहीं भरा आपकी आपकी स्लीव चको, शुरुआत विच बोलिए आमीन, शुरुआत विच बोलिए आमीन। कोई सीख रहा या नहीं सीख रहा, यू नो मैं बहुत गहरी रेवलेशन प्रकाशन तुहानू दस्या है प्रभु क्यों चाहता वर्त, क्योंकि जिहड़ी फैट साडी ओह प्रभु दे सामने मेल्ट हुंदी है, बलिदान हुंदी है, और जिहड़ा प्रभु है ओह साडी जिंदगियां तो प्रसन्न हुंदा है। जिहनूं समझ आ गई है बोलो आ गई समझ। मैं किसी नूं पुछ सकदा जे तुसीं कहा ते आ गई समझ, हां किसी नूं पुछां या ना, ओहो यस और नो जल्दी बोलो, किन्नू किन्नू समझाई हथ खड़े करो, पहला समझ आ गई है हुण कोई हथ नहीं खड़ा करता। ओके मेरे मैनू क्वेश्चन का जवाब देना तुसी, ठीक है की प्रभु साड़ी चर्बी नू पसंद करता है, डौलियां च नहीं जदों मेल्ट हुंदी उच्ची बात विच बोलिए आमीन, उच्ची बात विच बोलो आमीन। सारे समझ रहे हो, पुराने समय दे विच फैट चर्बी वह भी बलिदान की करते लोग, अपने शरीर की चर्बी नहीं बलिदान करते, लेकिन अज प्रभु साड़ी बॉडी की साड़े शरीर की चर्बी बलिदान देखना चाहता है कि वह भी उन्होंने भी थोड़ी बहुत गर्मी लगे, वह भी मेल्ट हो पिंगले, वह भी कि कह लो कंज्यूम हो। उच्ची बात विच बोलिए आमीन। इस करके रोमियों की पत्री दे विच की लिखा है, तुसी अपने शरीर नू बलिदान करके चढ़ाओ, आमीन बलिदान करके चढ़ाओ, वचन विच लिखा है ये तुहाडी रूहानी बंदगी है। कितने जने समझ रहे ने कि असीं अपने शरीर का बलिदान करने लिए तैयार हाँ, यस और नो। कई कहते प्रार्थना च मन नहीं लगता, प्रार्थना च मन तुहाडी चर्बी नहीं लगन दिंदी यस और नो, किसी समझ आ रही या नहीं। मेरा दिल करता जी जगह इधर हो जाइए आप धुप्पे, फिर चर्बी मेल्ट होगी, फिर बलिदान वधिया होएगा। चलिए ऐनू कहीं उत्तों तो यस कर दे, फादर साहब छड़ो गर्मी है, मेरे नाल बोलो भगती बंदगी। बंदगी इवें होंदी है जदों चर्बी मेल्ट होवे, जो बलिदान हो शरीर का छाने की कहते लिया लो मुर्गा लिया बकरा, वो तो उन्होंने चर्बी बलिदान करते हैं, यस और नो। छाने कह तू अपनी उंगल कटा साढ़े तो असं तेरा बलिदान कर, उन्होंने लम्मा पा लिया करो, कोई समझ रहा या नहीं समझ रहा। परमेश्वर अज जानवरों का बलिदान नहीं चाहता, हाँ बकरे का सिर कर दो मुर्गी का सिर कर दो, वह बलिदान नहीं चाहता। परमेश्वर साडे शरीर का बलिदान चाहता है, और कहता है वो सुहाड़ी वचन लिखा है जिहड़ी रूहानी बंदगी है। उच्ची बात विच बोलो आमीन। कोई सीख रहा कि नहीं सीख रहा, सो जो तुम तुम कहा जाता ना हाथ खड़े करो, इन्ने क हाथ ना खड़े करा करो ताडे शरीर नू भी पता ना चले, पूरी बाहां उपर होनिया चाहिए ने। सारे समझ रहे हो, जो उपर ने ना उदो जोड़ जो दर्द हो गए, कोई समझ रहे हैं जो जोड़ दर्द होन उदो प्रभु ने कहना प्रभु मेरी जिंदगी बदल दे प्लीज, मेरे हालातों को बदल दे प्रभु प्लीज। देखना फिर प्रार्थना सुनी जाती है ज नहीं सुनी जाती, फिर लाओ ना जेड़े मैं टफ काम दे देना ना बड़े औखे काम वो नहीं करने,
पर जे रिजल्ट चाहते हो करना शुरू करो तो जिंदगी बदलनिया शुरू हो गए यीशु मसीह के नाम के उत्ते हालात बदलने शुरू हो गए यीशु मसीह के नाम के उत्ते उचवाद ना बोलो बलिदान उचवाद ना बोलो बलिदान आमीन। सो जो दुआ कर दियो मैं तुहानू कहना चाहना वा जिहड़े काम ने तुहाडे एक हफ्ता लगातार हथ खड़े करके प्रार्थना करनी शुरू करो दिने दुपहरे रात नू हथ खड़े कर एवें नहीं जस्ट विखाव दी प्रभु मैं हथ खड़े किए ने ये तुहाडी बॉडी नू नहीं पता चलना पूरी तरह नाल हथ स्ट्रेट हथ खड़े हो सारे समझ रहे हो तुहाडे शरीर नू पता लगे सजा मिली हुई दैन प्रभु नू कहो जदों जोड़ा दर्द होण हथ दर्द होण मोढे दर्द होण उदों प्रभु नू कहना प्रभु प्लीज मेरे बच्चों के सुधार हो जाए मेरे घर के पैसा आना शुरू हो जाए मेरी स्टोरी बदल जाए मैं तुहानू कहांगा सत दिन इतने गुआही के नाल खड़े हो गए यीशु मसीह के नाम आमीन। आमीन वड्डा तुहाडी आशीष वड्डी है आमीन। हां हाले भी कही आमीन हाथ नहीं खड़े करने रोमियां दी पत्री एक बारह दे पढ़ रहे बारह दे एक आयत तो पढ़ रहे सी इन्हां नूं अपने कोले नोट करो लिखिया या अपने शरीरां दा अपनी देहियां दा की करो बलिदान होनी भी आपकी धौन वड़ा लो गोडे वड़ा लो लत्तां वड़ा लो बलिदान कहना मतलब बाहां उपर करके तो दुआ करो वर्त रख के दुआ करो जिन्हें अपने शरीर नूं कष्ट दिता जांदा उहदे लई दुआ करो बंदगी खत्म होने तक लोग लगे आते हैं यसर सवेरे उठते हैं राजियां तरह नौ बज जाते जो दस बज जाते उदो अंखा खुल दियां जो सूरज सारे समझ रहे हो अगे तुहानू तुसी सियाने जी मैं की कहना अपना शरीर हर वेले फायर ते रखना है अग्नि ते रखना है इहदा मतलब नहीं तो दूर दे विच जाके खड़ जाना है मतलब अपने शरीर नू कष्ट देना है भगती दे विच प्रार्थना दे विच ओना तुहाडे चेहरे ते निखार आ जाएगा यीशु मसीह दे नाम विच आमीन। तुहाडी जिंदगी दे विच निखार आ जाएगा आमीन। परिवारां दे विच निखार आ जाएगा परिवार सुधर जाणगे यीशु मसीह दे नाम विच आमीन। डॉक्टर पेट नहीं पाड़नगे सारे समझ रहे हो कि नहीं समझ रहे ऑपरेशन नहीं होणगे ऑपरेशन बंद हो जाणगे दुआ करो प्रभु असी बिना ऑपरेशन तो सारी उम्र कटना चाहते हैं तो बिना ऑपरेशन तो सारी उम्र कटाएगा ताड़ी यीशु मसीह के नाम दे आमीन। जवाब विच बोलो आमीन। माफ करना कहंदे ने डॉक्टरों तो पेट कटवाण तो चंगा आ असी वर्त रख के प्रार्थना कर ली हाथ खड़े करके प्रार्थना कर ली अपने शरीर नू प्रभु दे लई समर्पण कर दिए ओ चंगा या डॉक्टरां ते केड़ी गल चंगी है बोलो 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 हां प्रार्थना प्रार्थना करया करो अरे समझ रहे हो नहीं तो उन्हां लाके इंजेक्शन बेहोशी दा कट देना पेट पत्रियां पुत्रियां भावां लभण ना लभण उन्हां आपदियां पा के उन्हां कह दा निकल गईआं ਕਿੰਨੇ ਜਣੇ ਸਾਰੀ ਉਮਰ ਆਪਣੀ ਬਿਨਾਂ ਆਪਰੇਸ਼ਨ ਤੋਂ ਕੱਢਣਾ ਚਾਹੁੰਦੇ ਨੇ ਕਿ ਮੈਂ ਮੇਰਾ ਕੋਈ ਆਪਰੇਸ਼ਨ ਹੋਵੇ ਹਾਂ ਕਿੰਨਾ ਡਰ ਲੱਗਦਾ ਡਾਕਟਰ ਦੁਆ ਕਰਨੀ ਹੈ ਆਪਣੇ ਸਰੀਰਾਂ ਦਾ ਬਲੀਦਾਨ ਦੇਣਾ ਆ ਹੈਲੋ ਸਰੀਰਾਂ ਦਾ ਕੀ ਦੇਣਾ ਰੋਜ਼ ਸਵੇਰ ਉੱਠ ਕੇ ਦੁਆ ਕਰੋ ਦੁਪਹਿਰੇ ਦੁਆ ਕਰੋ ਰਾਤ ਨੂੰ ਦੁਆ ਕਰੋ ਆਪਣੇ ਹੱਥਾਂ ਨੂੰ ਖੜੇ ਕਰਕੇ ਬਲੀਦਾਨ ਚੜ੍ਹੋ ਪ੍ਰਭੂ ਪਲੀਜ਼ ਮੈਂ ਕੱਟ ਲਵਾਉਣਾ ਨਹੀਂ ਚਾਹੁੰਦੀ ਆਪਣੇ ਪੇਟ ਦੇ ਵਿੱਚ ਆਪਣੀ ਬਾਡੀ ਦੇ ਵਿੱਚ आमीन। मेरिया पत्थरिया मेरिया रसोलियां जो लटर बटर मैं गए तुसी कट दियो कट देवेगा जे शरीर दा बलिदान नहीं देना तो डॉक्टर ने आपे अपने आप ही बलिदान ले लेना शुभ आदि विच बोलिए आमीन।
ਡਾਕਟਰਾਂ ਨੂੰ ਬਲੀ ਦੇਣਾ ਠੀਕ ਹੈ ਜਾਂ ਪਰਮੇਸ਼ਵਰ ਨੂੰ? ਉੱਚੀ ਬੋਲੀਏ, ਪਰਮੇਸ਼ਵਰ ਆਪਣੀ ਅੱਖਾਂ ਨੂੰ ਬੰਦ ਕਰੋ। Thank you for watching this video. Subscribe this YouTube channel to receive more blessings.